ਵਣਜ ਅਤੇ ਉਦਯੋਗ ਮੰਡਲ ਐਸੋਚੈਮ ਨੇ ਇੱਕ ਅਨੁਮਾਨ ਲਗਾਇਆ ਹੈ ਕਿ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਕਾਰਨ ਰੋਜ਼ਾਨਾ 3000 ਤੋਂ 3500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਐਸੋਚੈਮ ਨੇ ਕਿਸਾਨਾਂ ਦੇ ਮੁੱਦੇ ਦਾ ਜਲਦ ਹੱਲ ਕਰਨ ਦੀ ਅਪੀਲ ਵੀ ਕੀਤੀ ਹੈ। ਐਸੋਚੈਮ ਦੇ ਚੇਅਰਮੈਨ ਡਾਕਟਰ ਨਿਰੰਜਨ ਹੀਰਾ ਨੰਦਾਨੀ ਨੇ ਆਖਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੀ ਸਾਂਝੀ ਅਰਥ ਵਿਵਸਥਾ ਕਰੀਬ 18 ਲੱਖ ਕਰੋੜ ਰੁਪਏ ਦੀ ਹੈ। ਉਦਯੋਗਪਤੀ ਕ੍ਰਿਸਮਸ ਅਤੇ ਨਵੇਂ ਸਾਲ ਦੇ ਆਰਡਰ ਪੂਰੇ ਨਹੀਂ ਕਰ ਪਾ ਰਹੇ ਨੇ। ਵਿਸ਼ਵ ਵਿਆਪੀ ਖਰੀਦਦਾਰਾਂ ਵਿੱਚ ਸਾਖ ਘਟ ਰਹੀ ਹੈ। ਜੋ ਕੰਮ ਚੱਲਦਾ ਵੀ ਹੈ ਉਸ ਵਿੱਚ ਭਾਰੀ ਲਾਗਤ ਆ ਰਹੀ ਹੈ, ਕਿਉਂਕਿ ਵਿਰੋਧ ਪ੍ਰਦਰਸ਼ਨਾਂ ਕਾਰਨ ਥਾਂ ਥਾਂ 'ਤੇ ਰੋਕਾਂ ਹੋਣ ਦੇ ਚੱਲਦੇ ਮਾਲ ਦੀ ਢੋਆ ਢੁਆਈ ਲਈ ਲੰਮੇ ਰੂਟਾਂ ਦਾ ਇਸਤੇਮਾਲ ਲਾਗਤ ਵਿੱਚ ਕਈ ਗੁਣਾ ਵਾਧਾ ਕਰਦਾ ਹੈ। ਇਸ ਦੇ ਨਾਲ ਸਮੇਂ ਦੀ ਵੀ ਬਰਬਾਦੀ ਹੋ ਰਹੀ ਹੈ ਅਤੇ ਸਮੇਂ ਸਿਰ ਮਾਲ ਨਹੀਂ ਪਹੁੰਚ ਰਿਹਾ। ਇਸ ਲਈ ਉਹਨਾਂ ਨੇ ਸਰਕਾਰ ਨੂੰ ਆਖਿਆ ਹੈ ਕਿ ਕਿਸਾਨਾਂ ਦੀ ਗੱਲ ਸੁਣ ਕੇ ਉਹਨਾਂ ਦਾ ਮਸਲਾ ਹੱਲ ਕਰਕੇ ਇਸ ਅੰਦੋਲਨ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ।